ਹੈ ਵੀ ਤੁਹਾਨੂੰ ਇੱਕ ਜ਼ਬਰਦਸਤ ਆਪਾਂ ਮੱਝ ਦਿਖਾਉਣਾ ਤੀਜੇ ਸੂਏ ਜਿਹੜਾ ਝੋਟੀ ਨੇ ਇਹਨੇ ਸੂਣਾ ਗਾ ਬੋਡੀ ਬਣ ਤੇ ਦੇਖੋ ਤੁਸੀਂ ਥਣ ਹਵਾਨੇ ਦੀ ਵੀ ਦੇਖੋ ਨਾ ਪੂਰੀ ਜ਼ਬਰਦਸਤ ਆ ਆਪਾਂ ਇੱਕ ਤਰ੍ਹਾਂ ਨਾਲ ਐਂ ਕਹਿ ਰਹੇ ਹਾਂ ਵੀ ਧਨੌਲੇ ਮੰਡੇ 'ਤੇ ਪੂਰੀ ਟੌਪ ਦੀ ਮੱਝ ਕਹਿ ਸਕਦੇ ਹਾਂ ਬਾਕੀ ਇਹ ਘਰ ਦੀ ਮੱਝ ਹੈਗੀ ਬਾਈਆਂ ਦੀ ਹੈ ਨਾ ਪਿੱਠ ਪੁੜੇ ਦੀ ਅਤੇ ਥਣ ਹਵਾਨੇ ਦੇਖੋ ਤੁਸੀਂ ਹਜੇ 5-7 ਦਿਨ ਲੈਂਦੀ ਆ ਸੂਣ ਦੇ ਤੀਜੇ ਸੂਏ ਸੂਣਾ ਗਾ ਬਾਕੀ ਬਾਈ ਕਹਿੰਦਾ ਇਹਨੇ ਦੂਜੇ ਸੂਏ 19.5 ਕਿਲੋ ਦੁੱਧ ਦਿੱਤਾ ਗਾ ਘਰ ਦੀ ਆ ਕਹਿੰਦਾ ਬਾਈ ਘਰ ਚੋਈ ਹੋਈ ਆ ਤਸੱਲੀ ਕਰਕੇ ਵੀ ਜੇ ਕਿਸੇ ਭਰਾ ਨੇ ਲੈਣੀ ਆ ਜਿਹੜਾ ਅਲਜਾ ਸਕਦਾ ਗਾ ਥਣ ਹਵਾਨੇ ਦੀ ਬਹੁਤ ਸੋਹਣੀ ਹੈਗੀ ਥੱਲਿਓਂ ਅਤੇ ਬਾਈ ਕਹਿੰਦਾ ਵੀ ਇਸ ਵਾਰ 20-22 ਦੁੱਧ ਲੀਟਰ ਦੀ ਉਮੀਦ ਰਹੂ ਹੈ ਨਾ ਚੰਗੀ ਆ ਝੋਟੀ ਬਾਕੀ ਬਾਈ ਨਾਲ ਕਰਦੇ ਹਾਂ ਗੱਲਬਾਤ ਅਤੇ ਡਿਟੇਲ 'ਚ ਤੁਹਾਨੂੰ ਸਾਰੀ ਡਿਟੇਲ ਲੈ ਕੇ ਦਿੰਦੇ ਆਪਾਂ ਵੀ ਕੀ ਮਾਲ ਮੁੱਲ ਕਰਦਾ ਇਹਦਾ ਕਿੱਥੋਂ ਤੱਕ ਦਊਗਾ ਨੰਬਰ ਵੀ ਲੈ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਲੈਣੀ ਹੋਈ ਜ਼ਬਰਦਸਤ ਝੋਟੀ ਆ ਕਿਸੇ ਬਹੁਤ ਭਰਾ ਜਿਹੜਾ ਸ਼ੌਕੀਨ ਹੁੰਦੇ ਆ ਵੱਡੀਆਂ ਮੱਝਾਂ ਲੈਣ ਦੇ ਤੁਰਦੀ ਦੇਖੋ ਤੁਸੀਂ ਦੋਸਤੋ ਮੱਲਾਂ ਵਾਂਗੂ ਤੁਰਦੀ ਐਂ ਜਮਾਂ ਅਤੇ ਆਹ ਦੇਖੋ ਕਮਾਲ ਦੇਖੋ ਤੁਸੀਂ ਝੋਟੀ ਦਾ ਹੈ ਨਾ ਬਹੁਤ ਕਮਾਲ ਦਾ ਥਣ ਹਵਾਨਾ ਲੱਗਿਆ ਹੋਇਆ ਦੇਖੋ ਸੀ ਆਹ ਕਿਆ ਗੱਲਾਂ ਯਾਰ ਬਹੁਤ ਸੋਹਣਾ ਥਣ ਹਵਾਨਾ ਇੱਧਰੋਂ ਸਾਈਡ ਤੋਂ ਦੇਖੋ ਤੁਸੀਂ ਬਾਕੀ ਆ ਜੋ ਬਾਈ ਨਾਲ ਕਰਦੇ ਹਾਂ ਗੱਲਬਾਤ ਆਪਾਂ ਫੇਸ ਕੁਆਲਿਟੀ ਦੇਖੋ ਤੁਸੀਂ ਮੱਝ ਦੀ ਬਹੁਤ ਸੋਹਣੀ ਹੈਗੀ ਬਾਕੀ ਇਹ ਬਾਈ ਦੋ ਝੋਟੀਆਂ ਜਿਹੜੀਆਂ ਲੈ ਕੇ ਆਏ ਹੈ ਨਾ ਤੁਹਾਨੂੰ ਆਪਾਂ ਇਹਦੀ ਡਿਟੇਲ ਲੈ ਕੇ ਦੇਵਾਂਗੇ ਆਹ ਝੋਟੀ ਲੈ ਵੀ ਦੇਖੋ ਕਮਾਲ ਆਹ ਹੁੰਦੀਆਂ ਕਮਾਲ ਦੀਆਂ ਮੱਝਾਂ ਦੇਖੋ ਤੁਸੀਂ ਪੂਰੀ ਜ਼ਬਰਦਸਤ ਘਰ ਦੀ ਮੱਝ ਹੈਗੀ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ ਅਤੇ ਡਿਟੇਲ ਲੈ ਕੇ ਦੇਵਾਂਗੇ ਦੇਖੋ ਥਣ ਹਵਾਨਾ ਦੇਖੋ ਤੁਸੀਂ ਮੱਝ ਦਾ ਬਹੁਤ ਸੋਹਣਾ ਹੈਗਾ ਬਾਕੀ ਇਹ ਆ ਜੋ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ ਅਤੇ ਡਿਟੇਲ 'ਚ ਸਾਰੇ ਨੰਬਰ ਵੀ ਲੈ ਕੇ ਦੇਵਾਂਗੇ ਦੇਖੋ ਤੁਸੀਂ ਬਾਈ ਜੀ ਆਪਣੀ ਘਰ ਦੀ ਮੱਝ ਇਹ ਹੈ ਨਾ ਆਹ ਘਰ ਦੀ ਮੱਝ ਦੱਸਿਆ ਆਪਣੀ ਠੀਕ ਆ ਠੀਕ ਆ ਪਿਛਲੇ ਸੂਏ ਦੂਜੇ ਸੂਏ ਕਿੰਨਾ ਦੁੱਧ ਕੱਢਿਆ ਨੇ 19.5 ਕਿਲੋ 19.5 ਕਿਲੋ ਇਸ ਵਾਰ ਬਾਈ ਕੀ ਉਮੀਦ ਰਹੂ 22-23 ਦੇ ਬਾਈ 22-23 ਪਿੰਡ ਕਿਹੜਾ ਆਪਣਾ ਬਾਈ ਦਾ ਨਿਹਾਲ ਸਿੰਘ ਵਾਲਾ ਧੂਰਕੋਟ ਠੀਕ ਆ ਅਤੇ ਬਾਈ ਆਪਣੇ ਜਮ੍ਹਾਂ ਘਰ ਦੀ ਪਾਲੀ ਹੋਈ ਹੈਗੀ ਠੀਕ ਆ ਪਹਿਲਾਂ ਤੁਸੀਂ ਠੀਕ ਆ ਠੀਕ ਆ ਅਤੇ ਕਹਿ ਕੇ ਦਿਨ ਲੈ ਜੂ ਬਾਈ ਹਜੇ ਇਹ 5-4 ਦਿਨ ਹੀ ਲੈਂਦੀ ਹੈਗੀ ਠੀਕ ਆ ਠੀਕ ਆ ਅਤੇ ਬਾਈ ਰੇਟ ਦੀ ਗੱਲ ਕਰੀਏ ਰੇਟ ਦੋਨਾਂ ਪਾਸੇ ਬੈਠ ਕੇ ਚੋ ਸਕਦਾ ਬੰਦਾ ਠੀਕ ਆ ਲੈ ਵੀ ਵੱਡੀ ਗੱਲ ਆ ਬਾਈ ਕਹਿੰਦਾ ਦੋਨੇ ਪਾਸੇ ਬੈਠ ਕੇ ਬੰਦਾ ਚੋ ਸਕਦਾ ਗਾ ਥਣ ਹਵਾਨਾ ਤੁਸੀਂ ਦੇਖੋ ਤੁਸੀਂ ਬਹੁਤ ਸੋਹਣਾ ਲੱਗਿਆ ਬਾਈ ਥਣਾ ਥਣਾ ਦੀ ਕਿਵੇਂ ਸਾਫ ਓਕੇ ਜਮਾਂ ਤਾਰ ਤੂਰ ਬਾਈ ਇੱਕੋ ਜਿਹੀ ਹੁੰਦੀ ਸਾਰੇ ਥਣਾ ਜੋ ਗੰਨੇ ਵਰਗੀ ਮੋਟੀ ਆ ਠੀਕ ਆ ਗੰਨੇ ਵਰਗੀ ਬਾਈ ਕਹਿੰਦਾ ਮੋਟੀ ਆ ਤਾਰ ਜਮਾਂ ਅਤੇ ਬਾਈ ਮੁੱਲ ਦੀ ਗੱਲ ਕਰੀਏ ਮੁੱਲ ਕਿੰਨਾ ਕਰ 3 ਲੱਖ ਆ ਠੀਕ ਆ ਲੈਣ ਦੇਣਾ ਮਾਨਤਾਨ ਹੋ ਜੂ ਬਾਕੀ ਫੋਨ 'ਤੇ ਗੱਲਬਾਤ ਹੋ ਜੂ ਹੈ ਨਾ ਨੰਬਰ ਬੋਲ ਦਿਓ ਬਾਈ ਇੱਕ ਵਾਰੀ ਆਪਣਾ 84-374 0-24-20 ਠੀਕ ਆ ਇਹ ਨੰਬਰ ਆ ਬਾਈ ਦਾ ਪਿੰਡ ਨਿਹਾਲ ਸਿੰਘ ਵਾਲਾ ਧੂਰਕੋਟ ਰਣਸੀਨ ਦੇ ਕੋਲੇ ਆ ਹੈ ਨਾ ਠੀਕ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਅਤੇ ਆ ਜਾਓ ਫਿਰ ਮੰਡੀ 'ਤੇ ਆਪਾਂ ਤੁਹਾਨੂੰ ਹੋਰ ਪਸ਼ੂ ਤੋਰ ਕੇ ਦਿਖਾਉਣੇ ਆ ਆ ਜਾਓ ਬਣੇ ਰਹੋ ਲਾਸਟ ਤੱਕ ਅੱਜ ਤੁਹਾਨੂੰ ਟੋਪ ਦੀਆਂ ਮੱਝਾਂ ਜਿਹੜੀਆਂ ਤੋਰ ਕੇ ਦਿਖਾਵਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ ਨਾ ਪੂਰੀਆਂ ਟੋਪ ਦੀਆਂ ਮੱਝਾਂ ਮੰਡੀ 'ਤੇ ਪਹੁੰਚਦੀਆਂ ਆ ਜਾਓ ਬਣੇ ਰਹੋ ਲਾਸਟ ਤੱਕ ਦੋਸਤੋ ਤੁਹਾਨੂੰ ਇੱਕ ਆਪਾਂ ਤਾਜ਼ੀ ਸੂਈ ਹੋਰ ਇੱਕ ਮੱਝ ਤੋਰ ਕੇ ਦਿਖਾਉਣੇ ਆ ਨਾ ਡਿਟੇਲ 'ਚ ਬਾਈ ਤੋਂ ਸਾਰੀ ਗੱਲਬਾਤ ਕਰਾਂਗੇ ਐਨੂੰ ਤੋਰ ਦੀ ਅਤੇ ਕੱਦ ਕਾਠ ਕਰਨੀ ਉਹ ਚੰਗੀ ਆ ਸਿੰਗਾ ਸੁੰਗਾ ਦੀ ਤੁਸੀਂ ਦੇ ਸਕਦੇ ਹੋ ਨਾ ਬੋਡੀ ਬਣਤਰ ਦੀ ਵੀ ਚੰਗੀ ਹੈਗੀ ਥਣ ਹਵਾਨੇ ਦੀ ਵੀ ਠੀਕ ਆ ਬਾਕੀ ਆਪਾਂ ਡਿਟੇਲ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਇਹਦਾ ਕਿੰਨਾ ਦੁੱਧ ਹੋਊਗਾ ਕਿਵੇਂ ਸੂਏ ਹੋਈ ਆ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਥਣ ਹਵਾਨੇ ਦੀ ਚੰਗੀ ਲੱਗ ਜਾ ਮੈਨੂੰ ਪਿੱਠਪੁੜੇ ਦੀ ਬੈਕ ਸਾਈਡ ਤੋਂ ਨਾ ਆਰਡਰ ਉਡਰ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ ਗਾ ਮੱਝ ਨੂੰ ਬਾਕੀ ਆਪਾਂ ਤੁਹਾਨੂੰ ਖੜੀ ਦਾ ਚੈੱਕਆਊਟ ਕਰਾ ਦਾਂਗੇ ਬਾਕੀ ਬਾਈ ਨਾਲ ਕਰਦੇ ਹਾਂ ਗੱਲਬਾਤ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਿੰਦੇ ਹੈਗੇ ਦੇਖੋ ਜੀ ਥਣ ਹਵਾਨਾ ਬੈਕ ਸਾਈਡ ਤੋਂ ਅਤੇ ਇੱਧਰ ਸਾਈਡ ਤੋਂ ਜਿਹੜਾ ਤੁਸੀਂ ਦੇ ਸਕਦੇ ਹੋ ਨਾ ਰੋਕ ਲਾ ਮਾੜਾ ਜਿਹਾ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਜੀ ਆਪਣਾ ਗਿਆਨ ਸਿੰਘ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਕੈ ਪਸ਼ੂ ਲੈ ਕੇ ਆਇਆ ਮੰਡੀ 'ਤੇ ਇੱਕ ਹੀ ਲੈ ਆ ਸੂਈ ਨੂੰ ਕਿੰਨੇ ਕੁ ਦਿਨ ਹੋ ਗਏ ਕਿਵੇਂ ਸੂਈ ਸੂਈ ਆ ਮਗਰ ਕੱਟੀ ਆ ਠੀਕ ਆ ਅਤੇ ਦੁੱਧ ਦੀ ਗੱਲ ਕਰੀਏ ਹੁਣ 15 ਕਿਲੋ ਤਿਆਰ ਆ 20 ਕਿਲੋ ਦੁੱਧ ਦਿੰਦੀ ਹੈਗੀ 15 ਕਿਲੋ 12 ਵਜੇ 24 ਸੀ ਠੀਕ ਆ ਵੀ ਹੁਣ 15 ਕਿਲੋ ਹੈਗਾ
ਲੈ ਵੀ 20 ਕਿਲੋ ਬਾਈ ਕਹਿੰਦਾ ਦੁੱਧ ਦੇ ਜੂ ਹਾਂ, ਅਤੇ ਵੀ ਬਾਕੀ ਕਹਿੰਦਾ ਹੁਣ 15 ਕਿਲੋ ਆਪਾਂ ਚੋਇਆ ਗਾ ਕੱਲ੍ਹ ਦੁਪਹਿਰੇ ਜੇ, ਅਤੇ ਰੇਟ ਦੀ ਗੱਲ ਕਰੀ, ਰੇਟ ਕਿੰਨਾ ਕਰਤਾ? 2,40,000 ਦੇਗਾ ਕਿੰਨੀ ਤੂੰ ਮੰਗੀ ਤਾਂ ਭਾਵੇਂ 5,00,000 ਜਾ ਦੋ ਦੀ, ਬਾਕੀ ਠੀਕ ਆ ਠੀਕ ਆ ਠੀਕ ਆ, ਪੂਰੇ 2 ਦੀ ਦੇਵਾਂਗੇ ਕਹਿੰਦਾ ਬਾਈ, ਕਹਿੰਦਾ ਬਾਕੀ 2,40 ਮੁੱਲ ਕਰਦਾ, ਬਾਕੀ ਫੋਨ 'ਤੇ ਗੱਲਬਾਤ ਹੋਜੂ, ਕਿਉਂਕਿ ਜਿਹੜਾ ਸਹੀ ਰੇਟ ਤਾਂ ਵੀਡੀਓ ਦੇ ਵਿੱਚ ਜਮ੍ਹਾਂ ਨਹੀਂ ਦੱਸਦੇ, ਫਿਰ ਵੀ ਵਪਾਰੀ ਬੰਦੇ ਰੱਖ ਜਾਂਦੇ ਹੈ ਨਾ ਮਾੜਾ ਮੋਟਾ, ਅਤੇ ਬਾਕੀ ਆ ਜਾਓ ਨੰਬਰ ਲੈ ਕੇ ਦਿੰਦੇ ਆਪਾਂ, ਨੰਬਰ ਬੋਲੀ ਇੱਕ ਵਾਰੀ, 78148 79,432, ਠੀਕ ਆ ਲੈ ਵੀ ਇਹ ਨੰਬਰ ਆ ਬਾਈ ਦਾ, ਜੇ ਕਿਸੇ ਭਰਾ ਨੇ ਲੈਣੀ ਹੋਈ 20 ਸੇਰੀ ਮੱਝ ਆ ਗਈ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ, ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਆ, ਇਹਨੂੰ ਪੈ ਜਾਂਦੇ ਆ ਬਾਲਿਆਂ ਵਾਲੀ, ਠੀਕ ਆ ਜੀ। ਤੋ ਸੁਣੋ ਇੱਕ ਆਪਾਂ ਹੋਰ ਮੱਝ, ਅਤੇ ਇੱਕ ਆ ਜਿਹੜੀ ਕੱਟੀ ਖੜੀ ਆ, ਨਾਲ ਇਹ ਤੋਰ ਕੇ ਦਿਖਾਵਾਂ, ਦੋਨੋਂ ਡੋਡੀ ਆ। ਪਹਿਲਾਂ ਤੁਸੀਂ ਆਹ ਮੱਝ ਨੂੰ ਤੁਰਦੀ ਨੂੰ ਚੈੱਕਆਊਟ ਕਰ ਲਿਓ, ਡਿਟੇਲ ਤੁਹਾਨੂੰ ਸਾਰੀ ਬਾਈ ਤੋਂ ਆਪਾਂ ਲੈ ਕੇ ਦੇਵਾਂਗੇ, ਹੈ ਨਾ ਵੀ ਕੀ ਮਾਲ ਮੁੱਲ ਆ, ਕਿੰਨਾ ਦੁੱਧ ਆ, ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ। ਕਈ ਵਾਰ ਜਾਇਜ਼ ਰੇਟ ਦੇ ਪਸ਼ੂ ਭਾਈ ਭਰਾਵਾਂ ਨੇ ਖਰੀਦਣੇ ਹੁੰਦੇ ਆ, ਹੈ ਨਾ, ਤਾਂ ਕਰਕੇ ਮੰਡੀ 'ਤੇ ਪੂਰੇ ਟੌਪ ਦੇ ਪਸ਼ੂ ਵੀ ਪਹੁੰਚੇ ਹੋਏ ਹੈਗੇ, ਚੰਗੇ ਚੰਗੇ ਮਹਿੰਗੇ ਮਹਿੰਗੇ, ਉਹ ਵੀ ਆਪਾਂ ਦਿਖਾਏ ਹੋਏ ਹੈਗੇ ਜਾਂ ਅੱਗੇ ਦੇਖ ਲਓ ਤੁਸੀਂ ਜਾਂ ਦੇਖ ਲਏ ਹੋਣਗੇ, ਪਰ ਆਪਾਂ ਆਹ ਪਸ਼ੂ ਜਿਹੜੇ ਤੋਰ ਕੇ ਦਿਖਾਉਣੇ ਇਹ ਕੋਲ ਜਾਇਜ਼ ਰੇਟ ਦੇ ਹੋਣਗੇ। ਮੰਨ ਲਓ ਦੇਖੋ ਰੇਟ ਤਾਂ ਦੋਸਤੋ ਜਿਹੜੇ ਮੰਡੀਆਂ 'ਤੇ ਮੰਗਣੇ ਹੁੰਦੇ ਆ, ਹੈ ਨਾ, ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਫਿਕਸ ਹੋਣ ਰੇਟ ਹੋਣ। ਇੱਕ ਕੱਟੀ ਆ ਇੱਕ ਮੱਝ ਆ, ਬਾਕੀ ਬਾਈਆਂ ਨਾਲ ਆਪਾਂ ਗੱਲਬਾਤ ਸਾਰੀ ਤੁਹਾਨੂੰ ਕਰਕੇ ਦੱਸਾਂਗੇ ਵੀ ਕੀ ਮਾਲ ਮੁੱਲ ਕਰਦਾ ਇਹਨਾਂ ਦਾ, ਕਿੰਨਾ ਦੁੱਧ ਹੈਗਾ, ਅਤੇ ਕੱਟੀ ਦਾ ਕੀ ਰੇਟ ਕਰਦਾ, ਕਿੰਨੀ ਉਮਰ ਆ ਉਹਦੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਕੀ ਨਾਮ ਆ ਬਾਈ? ਨਾਮ ਕੁਲਦੀਪ ਸਿੰਘ ਆ ਬਾਈ। ਪਿੰਡ ਕਿਹੜਾ ਗਾ? ਲੱਡਾ ਪਿੰਡ ਆ ਬਾਈ। ਲੱਡਾ ਪਿੰਡ ਆ, ਠੀਕ ਆ ਬਾਈ। ਜਿਹੜੀ ਆਪਾਂ ਇਹ ਮੱਝ ਤੋਰੀ ਹੈਗੀ, ਕਿਵੇਂ ਸੂਈ ਸੂਈ ਹੋਈ ਆ? ਇਹ ਤੀਜੇ ਸੂਈ ਸੂਈ ਆ ਬਾਈ। ਠੀਕ ਆ, ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਹੋ ਗਿਆ ਵੀਰੇ 20 ਤੋਂ 22 ਦਿਨ। 20 ਤੋਂ 22 ਦਿਨ। ਬੱਚਾ ਬਾਈ ਹੈ ਨਹੀਂ ਦਾ? ਬੱਚਾ ਮਰਿਆ, ਫਿਰ ਮਿਲਦੀ ਮੁਲਦੀ ਕਿਵੇਂ ਆ? ਮਿਲ ਥਾਪੀ ਦੇ ਮਿਲਦੀ ਆ ਬਾਈ। ਥਾਪੀ ਦੇ ਮਿਲ ਜਾਂਦੇ ਆ, ਖਾੜੂ ਵਧੀਆ ਜਮਾ, ਠੀਕ ਆ। ਦੁੱਧ ਦੀ ਗੱਲ ਕਰੀਏ ਬਾਈ, ਕਿੰਨਾ ਦੁੱਧ ਆ? 14 ਕਿਲੋ ਤਿਆਰਾ। 14 ਕਿਲੋ ਜਮਾ ਤਸੱਲੀ ਵਾਲਾ? ਘਰੋਂ ਚਬਾ ਕੇ ਦੇ ਦਾਂਗੇ। ਘਰੋਂ ਚਬਾ ਕੇ ਦੇ ਦਾਂਗਾ, ਠੀਕ ਆ। ਤੇ ਮੁੱਲ ਦੀ ਗੱਲ ਆ ਗਈ ਸੱਜਣਾ, ਮੁੱਲ ਕੀ ਕਰਤਾ ਹੋਣਾ? ਮੁੱਲ ਮੇਰਾ 90,000 ਹੈ। 90,000 ਲੈਣ ਦੇਣਾ? 80 ਦੀ ਹਾਂ ਨਾ ਬਾਈ। 80 ਦੀ ਹਾਂ ਨਾ ਗਈ, ਠੀਕ ਆ। ਨਾਲ ਉਹ ਕੱਟੀ ਅੱਡ ਆ ਗਈ ਉਹ? ਅੱਡ ਬਾਈ, ਠੀਕ ਆ। ਉਹਦੀ ਉਮਰ ਕਿੰਨੀ ਆ ਕੱਟੀ ਦੀ? ਕੱਟੀ ਦੀ ਉਮਰ 2 ਸਾਲ ਤੋਂ ਥੋੜੀ ਘੱਟ ਵੀਰੇ। 2 ਸਾਲ ਤੋਂ ਘੱਟ ਆ ਗਈ, ਠੀਕ ਆ। ਤੇ ਉਹਦਾ ਕੀ ਰੇਟ ਕਰਦੇ ਹੋ ਕੱਟੀ ਦਾ? ਮੁੱਲ 22,000 ਬਾਈ। 22,000, ਬਾਕੀ ਰੇਟ ਬਾਰੇ ਫੋਨ ਤੇ ਗੱਲਬਾਤ ਹੋ ਜੂ, ਹਨਾ? ਫੋਨ ਤੇ ਗੱਲ ਹੋ ਜੂ, ਠੀਕ ਆ। ਨੰਬਰ ਬੋਲ ਦੇ ਇੱਕ ਵਾਰੀ। ਨੰਬਰ ਬਾਈ 95923 95914 ਪਿੰਡ ਲੱਡੇ। ਪਿੰਡ ਲੱਡਾ ਬਾਈ। ਜ਼ਿਲ੍ਹਾ ਕਿਹੜਾ ਪੈਂਦਾ? ਸੰਗਰੂਰ ਆ। ਲੈ ਵੀ ਦੋਸਤੋ 14 ਕਿਲੋ ਬਾਈਕਾਂ ਤੋਂ ਤਿਆਰਾ, 90,000 ਮੁੱਲ ਕਰਦੇ ਆ। ਬਾਕੀ ਫੋਨ 'ਤੇ ਜਿਹੜੀ ਗੱਲਬਾਤ ਬਾਈ ਨੇ ਰੇਟ ਬਾਰੇ ਕਰ ਸਕਦੇ, ਬਾਕੀ ਆਹ ਕੱਟੀ ਆ ਤੁਸੀਂ ਦੇ ਸਕਦੇ ਹੋ ਨਾ। ਫੇਸ ਕੁਆਲਿਟੀ ਦੀ ਆਪਾਂ ਕੱਟੀ ਤੁਹਾਨੂੰ ਦਿਖਾ ਦਿੰਦੇ ਹਾਂਗੇ, 2.5 ਸਾਲਾਂ ਦੀ ਕੱਟੀ ਹੈਗੀ, ਸਿੰਗਾਂ ਸੁੰਗਾਂ ਦੀ ਵਧੀਆ ਸੋਹਣੀ ਆ, ਕੁੰਡੀ ਆ, ਤੁਸੀਂ ਦੇ ਸਕਦੇ ਹੋਗੇ। ਬਾਕੀ ਫੋਨ 'ਤੇ ਬਾਈ ਰੇਟ ਜਿਹੜਾ ਮੰਗਦਾ ਇਹਦਾ 22,000 ਰੁਪਇਆ ਮੰਗਦਾ। ਬਾਕੀ ਤੁਸੀਂ ਫੋਨ 'ਤੇ ਗੱਲਬਾਤ ਜਿਹੜੀ ਰੇਟ ਬਾਰੇ ਬਾਈ ਨਾਲ ਕਰ ਸਕਦੇ ਹੋ, ਨੰਬਰ ਜਿਹੜਾ ਲੈ ਕੇ ਦਿੱਤਾ ਤੁਹਾਨੂੰ। ਜੇ ਕਿਸੇ ਭਰਾ ਨੂੰ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਦੋਸਤੋ ਤੁਹਾਨੂੰ 2 ਮੱਝਾਂ ਆਪਾਂ ਹੋਰ ਤੋਰ ਕੇ ਦਿਖਾਉਣੇ ਹੈਗੇ, ਇੱਕ ਤਾਜ਼ੀ ਸੂਈ ਸਵਾਈ ਹੈਗੀ ਅਤੇ ਇੱਕ ਜਿਹੜੀ ਸੂਣ ਵਾਲਾ ਗਾ। ਜਿਹੜੀ ਤਾਜ਼ੀ ਸੂਈ ਹੋਈ ਆ ਉਹ ਪਹਿਲਾਂ ਤੁਸੀਂ ਤੁਰਦੀ ਚੈੱਕਆਊਟ ਕਰ ਲਿਓ, ਥਣ ਹਵਾਨਾ ਇਹਨੂੰ ਬਹੁਤ ਸੋਹਣਾ ਲੱਗਿਆ ਹੋਇਆ ਮੱਝ ਨੂੰ। ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੁਹਾਨੂੰ, ਆਪਾਂ ਕੋਲੋਂ ਤੁਰਦੀ ਦਿਖਾਉਣੇ ਹੈਗਾ ਦੇ ਸਕਦੇ ਹੋ ਨਾ। ਬਾਕੀ ਇਹਦੇ ਬੋਡੀ ਬਣਤਰ ਦੀ ਅਤੇ ਬੋਡੀ ਸਟਿਚ ਦੀ ਬਹੁਤ ਸੋਹਣੀ ਹੈਗੀ ਮੱਝ, ਅਤੇ ਬਾਕੀ ਇਹ ਥਣ ਹਵਾਨੇ ਦੀ ਵੀ ਬਹੁਤ ਸੋਹਣੀ ਆ। ਬਾਕੀ ਥਣ ਹਵਾਨਾ ਆਪਾਂ ਤੁਹਾਨੂੰ ਕੋਲੋਂ ਖੜੀ ਦਾ ਚੈੱਕਆਊਟ ਕਰਾ ਦਿਆਂਗੇ, ਦੇਖੋ ਤੁਸੀਂ ਹੈ ਨਾ ਥਣ ਹਵਾਨਾ, ਇੱਧਰੋਂ ਸਾਈਡ ਤੋਂ ਦੇਖ ਲਓ, ਬਹੁਤ ਸੋਹਣਾ ਲੱਗਿਆ ਹੋਇਆ, ਪੂਰਾ ਡਬਲ ਥਣ ਹਵਾਨਾ ਜਿਹੜਾ ਮੱਝ ਨੂੰ ਲੱਗਿਆ ਹੋਇਆ ਆਰਡਰ ਕੁਆਲਿਟੀ। ਬਾਕੀ ਆਪਾਂ ਡਿਟੇਲ ਦੋਨੇ ਪਸ਼ੂਆਂ ਦੀ ਲੈ ਕੇ ਦੇ, ਮੈਂ ਤਾਜ਼ੀ ਸੂਈ ਹੋਈ ਹੈਗੀ ਅਤੇ ਆਹ ਮੱਝ ਨੇ ਜਿਹੜਾ ਹਜੇ ਸੂਣਾ ਗਾ ਧੋਰੀ ਬਾਈ, ਇਹ ਆਹ ਮੱਝ ਨੇ ਜਿਹੜਾ ਦੋਸਤੋ ਹਜੇ ਸੂਣਾ ਗਾ, ਇਹ ਵੀ ਚੰਗੀ ਆ ਬੋਡੀ ਬਣਤਰ ਦੀ। ਬਾਕੀ ਡਿਟੇਲ ਬਾਈ ਤੋਂ ਆਪਾਂ ਸਾਰੀ ਲੈ ਕੇ ਦੇਵਾਂਗੇ ਵੀ ਇਹ ਕਿੰਨੇ ਦੁੱਧ ਕਮੈਸਟੀ ਵਾਲੀ ਮੱਝ ਹੈਗੀ, ਅਤੇ ਉਹਦਾ ਤਾਂ ਕਨਫਰਮ ਹੋ ਜਾਊਗਾ। ਅਤੇ ਆਹ ਬਾਈ ਤਾਂ ਆਪਾਂ ਸਾਇੰਸ ਮਾਰ ਕੇ
ਵੀ ਇਹ ਕਿੰਨਾ ਦੁੱਧ ਦੇ ਜੂ, ਕਿੰਨੇ ਕੁ ਦਿਨਾਂ ਦੀ ਕੱਚੀ ਆ, ਸਾਰੀ ਡਿਟੇਲ ਤੁਹਾਨੂੰ ਲੈ ਕੇ ਦਾ ਮੈਂ ਵੀਡੀਓ ਲਾਸਟ ਤੱਕ ਦੇਖੋ। ਜੇ ਕਿਸੇ ਭਰਾ ਨੇ ਲੈਣੀ ਆ ਤਾਂ ਰੇਟ ਵੀ ਬਾਈਆਂ ਤਾਂ ਆਪਾਂ ਕਰਾ ਕੇ ਦੇਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਹੀ, ਅਤੇ ਜਿਹੜਾ ਫੋਨ ਨੰਬਰ ਵੀ ਲੈ ਕੇ ਦੇਵਾਂਗੇ, ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ। ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਦੇ। ਬਾਕੀ ਕਈ ਵਾਰੀ ਬਾਈਆਂ ਦਾ ਵਪਾਰ ਦਾ ਕੰਮ ਹੁੰਦਾ ਨਾ, ਘਰ ਵੀ ਪਸੰਦਿਆ, ਜੇ ਤੁਸੀਂ ਤਸੱਲੀ ਕਰਕੇ ਲਿਆਉਣਾ ਤਾਂ ਤੁਸੀਂ ਘਰੋਂ ਵੀ ਚੋ ਕੇ ਤਸੱਲੀ ਕਰਕੇ ਬਾਈਆਂ ਦੇ ਘਰੋਂ ਜਿਹੜਾ ਲਿਆ ਸਕਦੇ ਹੋ। ਅਤੇ ਆ ਜਾਓ ਫਿਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈਆਂ ਤੋਂ ਡਿਟੇਲ ਦੋਨੇ ਮੱਝਾਂ ਦੀ ਲੈ ਕੇ ਦਿੰਦੇ ਹਾਂ, ਇੱਕ ਤਾਜ਼ੀ ਸੂਈ ਅਤੇ ਇੱਕ ਸੂਣ ਵਾਲੀ ਆ, ਸਾਰੀ ਡਿਟੇਲ ਤੁਹਾਨੂੰ ਬਾਈਆਂ ਤੋਂ ਆਪਾਂ ਲੈ ਕੇ ਦੇਵਾਂਗੇ। ਆ ਜਾਓ ਬਾਈ, ਸਤਿ ਸ਼੍ਰੀ ਅਕਾਲ। ਕੀ ਨਾਮ ਆ ਬਾਈ? ਲਖਵਿੰਦਰ ਸਿੰਘ ਜੀ। ਪਿੰਡ ਕੋਟਲੀ ਕਲਾਂ, ਜ਼ਿਲ੍ਹਾ ਮਾਨਸਾ। ਬਾਈ ਜਿਹੜੀ ਇਹ ਤਾਜ਼ੀ ਸੂਈ ਹੋਈ ਆਪਾਂ ਪਹਿਲਾਂ ਮੱਝ ਤੋੜ ਕੇ ਦਿਖਾਈ ਆ, ਕਹਿ ਕੇ ਦਿਨ ਹੋ ਗਏ ਸੂਈ ਨੂੰ? ਚੌਥਾ ਦਿਨ ਆ। ਬੱਚਾ ਕੀ ਹੈ? ਮਗਰ ਕੱਟੀ ਆ। ਕਿਵੇਂ ਸੂਈ ਸੂਈ ਆ? ਤੀਜੇ ਸੂਏ। ਠੀਕ ਆ, ਦੁੱਧ ਦੀ ਗੱਲ ਕਰੀਏ ਬਾਈ, ਕਿੰਨੀ ਕੰਪੈਸਟ ਮੱਝ ਆ ਇਹ? ਦੂਜੇ ਸੂਏ 16 ਕਿਲੋ ਕੱਢਿਆ, 17-18 ਕਿਲੋ ਦੀ ਉਮੀਦ ਆ ਵੀ ਐਤਕੀ ਵਾਰੀ। ਠੀਕ ਆ, ਅਤੇ ਵਪਾਰ ਦਾ ਕੰਮ ਆ ਬਾਈ ਆਪਣਾ? ਵਪਾਰ ਦਾ ਘਰੇ ਕਿੰਨੇ ਕੁ ਪਸ਼ੂ ਹੁੰਦੇ ਆਪਣੇ ਕੋਲ? ਇੱਕ ਦੋ ਹੀ ਹੁੰਦੇ ਆ, ਮੰਨ ਲਓ ਵੀ ਛੋਟੇ ਪੱਧਰ 'ਤੇ ਸਟਾਰਟ ਕਰਿਆ ਹੋਇਆ। ਠੀਕ ਆ, ਮੰਨ ਲਓ ਚੰਗੇ ਪਸ਼ੂ ਹੀ ਲੈ ਕੇ ਆਉਂਦੇ ਹੋ। ਅਤੇ ਇਹਦੀ ਗੱਲ ਕਰੀਏ ਬਾਈ, ਥਣਾ ਦੀ ਕਿਵੇਂ ਆ ਇਹ? ਘਰੋਂ ਤਸੱਲੀ ਨਾਲ ਕੋਈ ਚੋ ਕੇ ਲਿਜਾ ਸਕਦਾ? ਠੀਕ ਆ, ਮੰਨ ਲਓ ਵੀ ਥਣਾ ਸਾਫ਼ ਆ ਗਈ। ਠੀਕ ਆ, ਅਤੇ ਬਾਈ ਰੇਟ ਦੀ ਗੱਲ ਕਰੀਏ, ਇਹਦਾ ਰੇਟ ਕੀ ਕਰਤਾ ਹੁਣ? 190 ਲੈਣ ਦੇਣਾ। ਠੀਕ ਆ, ਬਾਕੀ ਫੋਨ 'ਤੇ ਗੱਲਬਾਤ ਹੋ ਜਾਊ ਨਾ, ਕਿਉਂਕਿ ਮੰਡੀ ਦੇ ਰੇਟ ਦੋਸਤੋ ਮੰਗਣੇ ਪੈਂਦੇ ਹੈਗੇ, ਕੋਈ ਫਿਕਸ ਰੇਟ ਨਹੀਂ ਹੁੰਦੇ ਬਾਈਆਂ ਕਿਨੋ। ਅਤੇ ਬਾਈ ਨੰਬਰ ਬੋਲਦੇ ਇੱਕ ਵਾਰੀ ਆਪਣਾ? 70-78-72-172। ਠੀਕ ਆ, ਅਤੇ ਬਾਈ ਇਹ ਆ ਦੂਜੀ ਮੱਝ ਦੀ ਗੱਲ ਕਰੀਏ, ਇਹ ਕਹਿ ਕੇ ਦਿਨਾਂ ਲੈ ਜੂ? 15 ਦਿਨ ਲੈ ਜੂ ਅਜੇ। ਅਤੇ ਇਹਦੋਂ ਦੁੱਧ ਦੀ ਕੀ ਉਮੀਦ ਰਹੂ ਬਾਈ? 14-15 ਕਿਲੋ। ਠੀਕ ਆ, ਅਤੇ ਬਾਈ ਇਹਦਾ ਰੇਟ ਦੀ ਗੱਲ ਕਰੀਏ? 135। ਬਾਕੀ ਫੋਨ 'ਤੇ ਗੱਲਬਾਤ ਹੋ ਜਾਊ ਨਾ ਰੇਟ ਬਾਰੇ ਤਾਂ? ਠੀਕ ਆ, ਲੈ ਵੀ ਦੋਸਤੋ ਬਾਈ ਨਾਲ ਤੁਸੀਂ ਰੇਟ ਬਾਰੇ ਕਨਫਰਮ ਫੋਨ 'ਤੇ ਗੱਲਬਾਤ ਕਰ ਲਿਓ, ਘੱਟ ਵੱਧ ਜਿਹੜੇ ਹੋ ਜਾਂਦੇ ਹੈਗੇ। ਬਾਕੀ ਇਹ ਧਨੌਲੇ ਮੰਡੀ ਦੇ ਬਾਈ ਪਸ਼ੂ ਲੈ ਕੇ ਆਇਆ ਸੀਗਾ। ਜੇ ਹੋਰ ਕਿਸੇ ਵੀ ਤਰ੍ਹਾਂ ਦਾ ਪਸ਼ੂ ਤੁਸੀਂ ਲੈਣਾ ਜਾਂ ਖਰੀਦਣਾ, ਬਾਈ ਨਾਲ ਸੰਪਰਕ ਕਰ ਲਿਓ, ਤੁਹਾਨੂੰ ਲੈ ਕੇ ਵੀ ਪਿੰਡਾਂ 'ਚ ਦੇ ਦੂ, ਕਿਉਂਕਿ ਬਾਈ ਤੁਰੇ ਫਿਰਦੇ ਰਹਿੰਦੇ ਹੈਗੇ। ਬਾਕੀ ਆਪਦਾ ਬਾਈ ਦਾ ਵਪਾਰ ਦਾ ਕੰਮ ਆ, ਤਾਂ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਇਆ ਪਿੰਡਾਂ 'ਚੋਂ ਬਾਈ ਦਵਾ ਦੇਣਗੇ। ਬਾਕੀ ਤੁਸੀਂ ਫੋਨ 'ਤੇ ਗੱਲਬਾਤ ਕਰਕੇ ਆਹ ਪਸ਼ੂ ਲੈਣੇ ਹੋਏ ਤਾਂ ਇਹਨਾਂ ਬਾਰੇ ਤੁਸੀਂ ਤਸੱਲੀ ਕਰਕੇ ਘਰੋਂ ਦੋ ਡੰਗ ਚੋ ਕੇ ਬਾਈ ਕਹਿੰਦਾ ਲਿਜਾ ਸਕਦੇ ਹੋ। ਠੀਕ ਹੈ ਜੀ, ਠੀਕ ਆ ਬਾਈ। ਦੋਸਤੋ ਸੁਣੇ ਇੱਕ ਆਪਾਂ ਤੀਜੇ ਸੂਏ ਦੀ ਮੱਝ ਤੋਰ ਕੇ ਦਿਖਾਉਣਾ, ਤੀਜੇ ਸੂਏ ਜਿਹੜਾ ਸੂਣਾ ਮੱਝ ਨੇ, ਇਹ ਨਹੀਂ ਤੋਰਦੀ ਬਾਈ। ਅਤੇ ਬਾਕੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ, ਮੂੰਹ ਮੱਥੇ ਤੁਸੀਂ ਦੇ ਸਕਦੇ ਹੋਗੇ। ਅਤੇ ਬਾਕੀ ਡਿਟੇਲ ਤੁਹਾਨੂੰ ਸਾਰੀ ਬਾਈ ਤੋਂ ਆਪਾਂ ਲੈ ਕੇ ਦੇਵਾਂਗੇ ਵੀ ਕਿੰਨੇ ਦੁੱਧ ਵਾਲੀ ਰਹੂ ਇਹ, ਕੀ ਮਾਲ ਮੁਲ ਕਰਦਾ, ਬੋਡੀ ਬਣ 'ਤੇ ਤੁਸੀਂ ਜਿਹੜੀ ਮੱਝ ਦੇ ਸਕਦੇ ਹੋ ਨਾ। ਬਾਕੀ ਬਾਈ ਨਾਲ ਆਪਾਂ ਕਰਾਂਗੇ ਗੱਲਬਾਤ ਆ ਵੀ ਕਿੰਨੇ ਦੁੱਧ ਵਾਲੀ ਆ ਮੱਝ ਇਹ, ਤੀਜੇ ਸੂਏ ਸੂਣਾ ਗਾ ਵੀ ਕਹਿ ਕੇ ਦਿਨਾਂ ਕੱਚਿਆ, ਤੁਹਾਨੂੰ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ। ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਬਾਈ ਕੋਲ ਹੋਰ ਵੀ ਪਸ਼ੂ ਜਿਹੜੇ ਹੁੰਦੇ ਹੈਗੇ ਚੰਗਾ ਵਪਾਰ ਦਾ ਕੰਮ ਆ ਬਾਈ ਦਾ, ਉਹਨਾਂ ਪਸ਼ੂਆਂ ਵਾਸਤੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਪੁੱਛ ਕੇ ਬਾਈ ਤੋਂ ਜਿਹੜਾ ਲੈ ਸਕਦੇ ਹੋਗੇ। ਠੀਕ ਬਾਈ, ਸਤਿ ਸ਼੍ਰੀ ਅਕਾਲ। ਕੀ ਨਾਮ ਆ ਬਾਈ ਆਪਣਾ? ਕਿਹੜਾ ਪਿੰਡ ਆ ਬਾਈ? ਗੜੱਦੀ। ਠੀਕ ਆ ਬਾਈ, ਜਿਹੜੀ ਆਪਾਂ ਇਹ ਝੋਟੀ ਤੋਰੀ ਆ ਤੀਜੇ ਸੂਏ ਸੂਣਾ ਨੇ, ਕਹਿ ਕੇ ਦਿਨ ਲੈ ਜੂ ਇਹ? ਠੀਕ ਆ, 10 ਦਿਨ ਲੈਂਦੀ ਆ ਹਜੇ। ਠੀਕ ਆ ਬਾਈ, ਦੁੱਧ ਦੀ ਗੱਲ ਕਰੀਏ ਕੀ? 18 ਕਹਿਲਾ 19 ਕਹਿਲਾ ਉਹ ਸੱਚ ਨਹੀਂ, 16 ਲੀਟਰ ਦੁੱਧ ਪਿਛਲੀ ਚਾਰ ਚੋਇਆ ਐਤਕੀ 18 ਕੱਢੂਗੀ ਕੱਢੂਗੀ ਐਤਕੀ। ਮੰਨ ਲਓ ਵੀ ਜੇ ਦੋ ਸੂਪ ਹੀ ਉਦੋਂ ਜੇ ਹੈਗੀ ਆ ਤੇਰੇ ਕੋਲ ਰਹੀ ਵੀ 18 ਕਿਲੋ ਤਸੱਲੀ ਨਾਲ ਚੋ ਕੇ ਦੇ। ਠੀਕ ਆ, ਮੰਨ ਲਓ ਵੀ 16 ਲੀਟਰ ਇਹਨੇ ਦੂਜੇ ਸੂਏ ਦਿੱਤਾ ਹੈਗਾ। ਠੀਕ ਆ, ਝੋਟੀ ਚੰਗੀ ਆ, ਖੈਰ ਕੱਦ ਕਾਠ ਦੀ ਵੀ ਚੰਗੀ ਹੈਗੀ। ਬਾਕੀ ਇਹ 10 ਦਿਨਾਂ ਦੀ ਬਾਈ ਕੱਚੀ ਆ ਜਾਏ ਨਾ। ਠੀਕ ਆ, ਅਤੇ ਬਾਈ ਰੇਟ ਦੀ ਗੱਲ ਕਰੀਏ, ਰੇਟ ਕੀ ਕਰਦਾ? 1,70,000। ਠੀਕ ਆ, ਲੈਣ ਦੇਣ ਫੋਨ 'ਤੇ ਹੋ ਜੂਗੇ ਦੱਸੇਗਾ? ਐਂ ਦੱਸ ਦੇ ਕਿੰਨਾ ਹੋ ਜੂ ਲੈਣ ਦੇਣਾ?
ਇੱਕ 55 ਦੀ ਹਾਂ ਨਾ ਆ ਗਈ। ਮਾਨ ਤਾਣ ਹੋ ਜੂ ਬੱਚੋ ਮਾੜਾ, ਠੀਕ ਆ। ਨੰਬਰ ਬੋਲਦੇ ਬਾਈ ਆਪਣਾ ਇੱਕ ਵਾਰੀ, 99 151 99 152 67 152 67 152, ਪਿੰਡ ਗੜੱਦੀ, ਜ਼ਿਲ੍ਹਾ ਮਾਨਸਾ, ਠੀਕ ਆ। ਲੈ ਵੀ ਇਹ ਬਾਈ ਦਾ ਨੰਬਰ ਹੈਗਾ, ਜੇ ਕਿਸੇ ਭਰਾ ਨੇ ਲੈਣੀ ਹੋਈ 17-18 ਲੀਟਰ, ਠੀਕ ਆ। ਠੀਕ ਆ, ਤੋਕੜ ਗੱਬਣਾ ਵੀ ਹੁੰਦੀ ਆਪਣੇ ਕੋਲੇ, ਠੀਕ ਆ ਠੀਕ ਠੀਕ ਆ। ਹਾਂ ਲੈ ਵੀ ਬਾਈ ਦਾ ਵਪਾਰ ਦਾ ਕੰਮ ਆ, ਤੋਕੜ ਗੱਬਣ ਮੱਝਾਂ ਵਾਸਤੇ ਵੀ ਤੁਸੀਂ ਜੇ ਬਾਈ ਨਾਲ ਫੋਨ 'ਤੇ ਗੱਲਬਾਤ ਕਰਨੀ ਆ, ਠੀਕ ਆ। 8 ਲੀਟਰ ਦੁੱਧ ਹੈਗਾ, ਬਾਕੀ ਜਾਇਜ਼ ਰੇਟ ਦੇ ਪਸ਼ੂ ਆ ਬਾਈ ਕੋਲ ਸਾਰੇ, ਹੈ ਨਾ, 16,000 ਦੀ। ਬਾਕੀ ਤੁਸੀਂ ਬਾਈ ਨਾਲ ਫੋਨ 'ਤੇ ਜਿਹੜੀ ਗੱਲਬਾਤ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੈਗਾ, ਤੋਕੜ ਗੱਬਣ ਲੈਣੀ ਆ, ਗਾਈ ਲੈਣੀ ਹੈਗੀ, ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ, ਪਿੰਡ ਗੜੱਦੀ, ਜ਼ਿਲ੍ਹਾ ਮਾਨਸਾ। ਜੇ ਆਹ ਝੋਟੀ ਲੈਣੀ ਆ ਤੁਸੀਂ ਦੋਸਤੋ, 10 ਦਿਨਾਂ ਦੀ ਹਜੇ ਕੱਚੀ ਆ, 17-18 ਲੀਟਰ ਕੰਬੈਸਟ ਵਾਲੀ ਮੱਝ ਝੋਟੀ ਆ ਇਹ। ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰਕੇ ਰੇਟ ਕਰਕੇ ਜਿਹੜੀ ਖਰੀਦ ਸਕਦੇ ਹੋ, ਠੀਕ ਹੈ ਜੀ।